ਕੈਲੀਫੋਰਨੀਆ ਤੋਂ ਬਹੁਤ ਸਾਰੀਆਂ ਟੈਕ ਕੰਪਨੀਆਂ ਸਿਲੀਕਨ ਵੈਲੀ ਨੂੰ ਬੇਰੀਏ ਨੂੰ ਛੱਡ ਕੇ ਟੈਕਸਸ ਦੇ ਵਿੱਚ ਆਸਟਨ ਦੇ ਵਿੱਚ ਹਿਊਸਟਨ ਦੇ ਵੱਲ ਉਧਰ ਨੂੰ ਜਾ ਰਹੀਆਂ ਇਹ ਮਾਮਲਾ ਕੀ ਹੈ ਅਸਲ ਦੇ ਵਿੱਚ ਕੋਵਿਡ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਬਹੁਤ ਹਿਲਜੁਲ ਹੋਈ ਹੈ ਇਸ ਹਿਲਜੁਲ ਦੇ ਵਿੱਚ ਦੁਨੀਆ ਬੇਰੋਜ਼ਗਾਰ ਹੋਈ ਹੈ ਬੇਰੋਜ਼ਗਾਰੀ ਦੇ ਨਾਲ ਕੰਮਕਾਰ ਗਏ ਆ ਬਹੁਤ ਕੁਝ ਵਾਪਰਿਆ ਸਰਕਾਰਾਂ ਨੂੰ ਮਦਦ ਦੇਣੀ ਪਈ ਹੈ ਲੋਕਾਂ ਨੂੰ ਪਾਰੇ ਦੇ ਵਿੱਚ ਇੱਕ ਚੀਜ਼ ਬੜੀ ਵੱਖਰੀ ਵਾਪਰੀ ਆ ਕਿ ਘਰਾਂ ਦੀਆਂ ਕੀਮਤਾਂ ਵਧੀਆਂ ਗਈਆਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਸ਼ਿਫਟਿੰਗ ਲੋਕਾਂ ਦੀ ਹੁੰਦੀ ਗਈ ਆ ਇਹੀ ਕੁਝ ਕੈਲੀਫੋਰਨੀਆ ਦੇ ਵਿੱਚ ਵਾਪਰ ਰਿਹਾ ਕੁਝ ਥਾਵਾਂ ਦੇ ਉੱਤੇ ਘਰਾਂ ਦੀਆਂ ਕੀਮਤਾਂ ਵਧਣ ਦਾ ਕਾਰਨ ਇਹ ਵੀ ਆ ਕਿ ਲੋਕ ਮਹਿੰਗੇ ਇਲਾਕਿਆਂ ਤੋਂ ਸਸਤੇ ਇਲਾਕਿਆਂ ਵੱਲ ਜਾਣ ਲੱਗ ਪਏ ਆ ਕੋਵਿਡ ਦਾ ਘਰਾਂ ਦੀਆਂ ਕੀਮਤਾਂ ਦੇ ਉੱਤੇ ਕੀ ਅਸਰ ਹੋਇਆ ਪਹਿਲੇ ਸਮੇਂ ਦੇ ਵਿੱਚ ਲੋਕ ਆਫਿਸ ਜਾ ਕੇ ਕੰਮ ਕਰਦੇ ਸੀ ਕੰਪਨੀ ਦੇ ਦਫਤਰ ਦੇ ਵਿੱਚ ਜਾ ਕੇ ਕੰਮ ਕਰਦੇ ਸੀ ਵੈਨਕੂਵਰ ਡਾਊਨ ਟਾਊਨ ਆਪਣੇ ਜਿਸ ਤਰ੍ਹਾਂ ਇੱਥੇ ਆ ਸਿਲਿਕਨ ਵੈਲੀ ਬਹੁਤ ਵੱਡੀਆਂ ਕੰਪਨੀਆਂ ਦਾ ਘਰ ਆ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਕੈਲੀਫੋਰਨੀਆ ਦਾ ਉਹ ਇਲਾਕਾ ਜਦੋਂ ਹੀ ਇਹ ਕੋਵਿਡ ਹੋਇਆ ਇਹਦੇ ਤੋਂ ਬਾਅਦ ਇੱਕ ਆਪਸ਼ਨ ਆ ਗਿਆ ਕਿ ਤੁਸੀਂ ਘਰੋਂ ਕੰਮ ਕਰ ਸਕਦੇ ਆ ਹੁਣ ਜੇ ਘਰੋਂ ਕੰਮ ਕਰ ਸਕਦੇ ਆ ਤਾਂ ਤੁਹਾਨੂੰ ਮਹਿੰਗੇ ਇਲਾਕੇ ਦੇ ਵਿੱਚ ਰਹਿਣ ਦੀ ਲੋੜ ਨਹੀਂ ਪਹਿਲਾਂ ਟਰਾਂਸਪੋਰਟੇਸ਼ਨ ਦੀ ਸਹੂਲਤ ਦੇ ਲਈ ਕਿ ਜੇ ਅਸੀਂ ਮਹਿੰਗੇ ਥਾਂ ਦੇ ਉੱਤੇ ਕੰਮ ਕਰਦੇ ਆ ਕਿਸੇ ਥਾਂ ਦੇ ਉੱਤੇ ਉਹਦੇ ਨੇੜੇ ਤੇੜੇ ਰਹਿਣਾ ਚਾਹੁੰਦੇ ਆ ਤਾਂ ਕਿ ਟਰੈਵਲ ਦਾ ਟਾਈਮ ਬਚ ਜਾਵੇ ਹੁਣ ਜਦੋਂ ਤੁਸੀਂ ਕੰਮ ਹੀ ਘਰੋਂ ਕਰਨਾ ਹੈ ਤਾਂ ਕਿਤੇ ਵੀ ਦੂਰੋਂ ਰਹਿ ਸਕਦੇ ਆ ਉੱਥੇ ਆਪਣਾ ਜਿਹੜਾ ਦੇਖ ਸਕਦੇ ਹੋ ਇਸੇ ਕਰਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਕ ਮਹਿੰਗੇ ਇਲਾਕਿਆਂ ਵਿੱਚੋਂ ਨਿਕਲ ਕੇ ਦੂਜੀ ਥਾਵਾਂ ਦੇ ਉੱਤੇ ਜਾਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਕਿ ਸਿਲੀਕਨ ਵੈਲੀ ਤੋਂ ਬਾਹਰ ਜਾਣਾ ਵੀ ਸ਼ਾਮਲ ਆ ਇਹ ਇੱਕ ਕਾਰਨ ਇਸ ਚੀਜ਼ ਦਾ ਹੈਗਾ ਹਾਲਾਂਕਿ ਟੈਕਸ ਉਥੇ ਦੇ ਹੋਰ ਜਿਹੜੇ ਢੰਗ ਤਰੀਕੇ ਨੇ ਉਹ ਵੀ ਕਾਰਨ ਨੇ ਕਿ ਕੰਪਨੀਆਂ ਸਿਲੀਕਨ ਵੈਲੀ ਤੋਂ ਬਾਹਰ ਕਿਉਂ ਜਾ ਰਹੀਆਂ ਘਰਾਂ ਦੀ ਵੱਧਦੀ ਕੀਮਤ ਵੀ ਇੱਕ ਬਹੁਤ ਵੱਡਾ ਫੀਨੋਮੈਨਾ ਆ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਵਾਪਰ ਰਿਹਾ ਕੈਨੇਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਹੀ ਵਾਪਰ ਰਿਹਾ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਤੇ ਵੀ ਇਦਾਂ ਹੀ ਵਾਪਰ ਰਿਹਾ ਕਿ ਘਰਾਂ ਦੀਆਂ ਕੀਮਤਾਂ ਐਸ ਵੇਲੇ ਉੱਪਰ ਵੱਲੋਂ ਜਾਈ ਜਾਂਦੀਆਂ ਥੋੜੇ ਦਿਨ ਪਹਿਲਾਂ ਵੈਨਕੂਵਰ ਦੀ ਇੱਕ ਖਬਰ ਸੀ ਕਿ ਕਿਸੇ ਨੇ 17 ਲੱਖ ਡਾਲਰ ਦਾ ਘਰ ਲਾਇਆ ਸੀ 1.7 ਮਿਲੀਅਨ ਉਹਦੀ ਆਸਕਿੰਗ ਸੀ ਤੇ ਉਹ ਉਹਦੀ ਆਸਕਿੰਗ ਤੋਂ 8 ਲੱਖ 70 ਹਜ਼ਾਰ ਉੱਪਰ ਜਾਨੀ ਕਿ 26 ਲੱਖ ਦਾ ਵੇਚਿਆ 2.6 ਮਿਲੀਅਨ ਡਾਲਰ ਦਾ ਉਹ ਘਰ ਵੇਚਿਆ 1.7 ਉਹ ਬੰਦਾ ਮੰਗਦਾ ਸੀ 2.6 ਦਾ ਉਹਦਾ ਉਹ ਘਰ ਵੇਚਿਆ ਇਹ ਖਬਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੁਣ ਕੈਲੀਫੋਰਨੀਆ ਪਾਲਿਸੀ ਸੈਂਟਰ ਆ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ 50 ਵੱਡੀਆਂ ਕਾਰਪੋਰੇਸ਼ਨਜ਼ ਕੈਲੀਫੋਰਨੀਆ ਛੱਡ ਕੇ ਜਾ ਚੁੱਕੀਆਂ 2014 ਤੋਂ ਲੈ ਕੇ ਭਾਵੇਂ ਵਰਤਾਰਾ 2014 ਤੋਂ ਸ਼ੁਰੂ ਹੋਇਆ ਪਰ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਵੱਡੀ ਗਿਣਤੀ ਸੀ ਕੰਪਨੀਆਂ ਦੀ ਉਹ ਪਿਛਲੇ ਸਾਲ ਤੇ ਉਹ ਤੋਂ ਪਿਛਲੇ ਸਾਲ ਛੱਡ ਕੇ ਗਈਆਂ ਯਾਨੀ ਕਿ 2019 ਤੇ 2020 ਦੇ ਵਿੱਚ ਇਸ ਕੋਵਿਡ ਦੇ ਦੌਰਾਨ ਜਿਹੜੇ ਹਾਈ ਹਾਈ ਪ੍ਰੋਫਾਈਲ ਐਂਟਰਪ੍ਰੀਨਿਅਰਸ ਆ ਉਹ ਵੀ ਕੈਲੀਫੋਰਨੀਆ ਨੂੰ ਪਿਛਲੇ ਸਾਲ ਛੱਡ ਕੇ ਗਏ ਆ ਬਿਲੀਅਨਰ ਐਲਨ ਮਸਕ ਜਿਹੜਾ ਜੋ ਰੋਗਨ ਡਰਾ ਬਾਕਸ ਦਾ ਸੀਈਓ ਡਰੂ ਹੂਸਟਨ ਇਹ ਸਾਰੇ ਟੈਕਸਸ ਦੇ ਵਿੱਚ ਮੂਵ ਹੋ ਗਏ ਆ ਜਿਹੜਾ ਡਿਜੀਟਲ ਰਿਐਲਿਟੀ ਟਰਸਟ ਆ ਜਿਹਦੀ 36 ਮਿਲੀਅਨ ਕੰਪਨੀ ਹੈਗੀ ਆ 36 ਮਿਲੀਅਨ ਦੀ ਕੰਪਨੀ ਆ 1500 ਦੇ ਚੰਪਲਾਈ ਕਰਦਾ ਪਿਛਲੇ ਮਹੀਨੇ ਉਹ ਵੀ ਕੈਲੀਫੋਰਨੀਆ ਨੂੰ ਚੱਲ ਕੇ ਛੱਡ ਕੇ ਜਿਹੜਾ ਉਹਨਾਂ ਦਾ ਗਲੋਬਲ ਹੈੱਡਕੁਆਟਰ ਸੀ ਸੈਨ ਫ੍ਰਾਂਸਿਸਕੋ ਦੇ ਵਿੱਚ ਉਹਨੂੰ ਛੱਡ ਕੇ ਆਸਟਨ ਚਲੇ ਗਏ ਆ ਇਸੇ ਤਰ੍ਹਾਂ ਹੀ ਕਾਰਨ ਕੀ ਆ ਇੱਥੇ ਟੈਕਸ ਬਹੁਤ ਘੱਟ ਕੈਲੀਫੋਰਨੀਆ ਦੇ ਇਸ ਇਲਾਕੇ ਦੇ ਵਿੱਚ ਹਾ ਹਾਊਸਿੰਗ ਕਾਸਟ ਬਹੁਤ ਮਹਿੰਗੀ ਹੈ ਜਿਆਦਾ ਆ ਇਥੇ ਘਰ ਬਹੁਤ ਮਹਿੰਗੇ ਨੇ ਬੀ ਏਰੀਏ ਦੇ ਵਿੱਚ ਟੈਕਸ ਦੇ ਰੇਟ ਜਿਆਦਾ ਨੇ ਇਸੇ ਤਰ੍ਹਾਂ ਰੈਗੂਲੇਸ਼ਨ ਜਿਹੜੇ ਆ ਉਹ ਕਾਫੀ ਸਟ੍ਰਿਕਟ ਮੰਨੇ ਜਾ ਰਹੇ ਆ ਕਿ ਕਾਫੀ ਸਖਤ ਆ ਇੱਕ ਬੜਾ ਬੜਾ ਚੈਲੈਂਜਿੰਗ ਕੰਮ ਆ ਇਥੇ ਰਹਿਣਾ ਸੋ ਲੋਕ ਹੁਣ ਨਿਕਲ ਰਹੇ ਆ ਇਥੋਂ ਉਸ ਏਰੀਏ ਦੇ ਵਿੱਚ ਜਾ ਰਹੇ ਜਿੱਥੇ ਅਪਰਚੂਨਿਟੀਆਂ ਜ਼ਿਆਦਾ ਆ ਸਰਕਾਰਾਂ ਵੀ ਇਹੀ ਚਾਹੁੰਦੀਆਂ ਕਿਕ ਥਾਂ ਦੇ ਉੱਤੇ ਭੀੜ ਇਕੱਠੀ ਹੋਣ ਨਾਲੋਂ ਲੋਕ ਥੋੜੇ ਜਿ ਖਿਲਰ ਜਾਂ ਕੈਨੇਡਾ ਦੇ ਵਿੱਚ ਵੀ ਉਹਨਾਂ ਥਾਵਾਂ ਦੇ ਉੱਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਉੱਥੇ ਪੱਕੇ ਹੋਣ ਦੇ ਪੀਆਰ ਹੋਣ ਦੇ ਹੋਰ ਬਹੁਤ ਸਾਰੀਆਂ ਸਹੂਲਤਾਂ ਨੇ ਕੰਮ ਵੱਧਾ ਜਿੱਥੇ ਕਿ ਲੋਕ ਘਟਾ ਪਰ ਲੋਕ ਜਿਆਦਾ ਸੰਗੜੀ ਵਸੋਂ ਜਿੱਥੇ ਪਹਿਲਾਂ ਹੈਗੀ ਉੱਥੇ ਹੀ ਜਾਂਦੇ ਆ ਇਹਨੀਆਂ ਟੈਕ ਕੰਪਨੀਆਂ ਆ ਇਹ ਟੈਕਸਿਸ ਦੇ ਵਿੱਚ ਚਲੇ ਗਈਆਂ ਕਿਉਂਕਿ ਉੱਥੇ ਕਹਿੰਦੇ ਇਹਦੀ ਕੋਸਟ ਘਟਾ ਕੰਮ ਜਿਹੜਾ ਆ ਇੱਥੇ ਉੱਥੇ ਜਾਣ ਨਾਲ ਹੀ ਬਹੁਤ ਸਾਰੇ ਖਰਚੇ ਤੁਹਾਡੇ ਬਚ ਜਾਂਦੇ ਆ ਟੈਸਲਾ ਬਹੁਤ ਵੱਡੀ ਕੰਪਨੀ ਆ ਉਹਨਾਂ ਦੇ ਇੱਥੇ ਫ੍ਰੀ ਮੌਂਟ ਵਾਲੇ ਪਲਾਂਟ ਦਾ ਪਿੱਛੇ ਜਿਹਾ ਰੋਲਾ ਵੀ ਪਿਆ ਸੀ ਕੋਵਿਡ ਦੇ ਵਿੱਚ ਔਰ ਓਰੈਕਲ ਬਹੁਤ ਵੱਡੀ ਕੰਪਨੀ ਹੈ ਐਚਪੀ ਜਿਹੜੀ ਕੰਪਿਊਟਰ ਪਾਰਟਸ ਬਣਾਉਂਦੀ ਆ 12 ਦੇ ਕਰੀਬ ਇਦਾਂ ਦੀਆਂ ਕੰਪਨੀਆਂ ਆ ਜਿਹੜੀਆਂ ਕੈਲੀਫੋਰਨੀਆ ਨੂੰ ਛੱਡ ਕੇ ਟੈਕਸਸ ਦੇ ਵਿੱਚ ਚਲੇ ਗਈਆਂ ਇਹ ਸਿਰਫ ਟੈਕਸ ਤੇ ਹੋਰ ਨਿਜਮਾਂ ਨੂੰ ਛੱਡ ਕੇ ਵੀ ਉੱਥੇ ਕੰਮ ਕਰਨਾ ਸੌਖਾ ਆ 2 ਸਾਲਾਂ ਦੇ ਵਿੱਚ 13000 ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਕੇ ਗਈਆਂ ਇਹਦੇ ਉੱਤੇ ਦੱਸਿਆ ਇਹ ਜਾ ਰਿਹਾ ਕਿ ਜੇ ਇਹ ਪ੍ਰਵਾਸ ਜੇ ਕੰਪਨੀਆਂ ਐਸੀ ਤਰ੍ਹਾਂ ਕੈਲੀਫੋਰਨੀਆ ਤੋਂ ਮੂਵ ਹੁੰਦੀਆਂ ਰਹੀਆਂ ਤਾਂ ਟੈਕਸਸ ਜਲਦੀ ਨਵੀਂ ਸਿਲੀਕਨ ਵੈਲੀ ਬਣ ਜਾਊਗਾ ਸਿਲੀਕਨ ਚਿਪ ਕੰਪਿਊਟਰ ਦੇ ਵਿੱਚ ਪੈਂਦੀ ਆ ਜਿੱਥੇ ਸਿਲੀਕਨ ਜਿਹੜੀ ਉਹ ਵੈਲੀ ਚ ਸਿਲੀਕਨ ਵੈਲੀ ਅਸੀਂ ਉਹ ਉਹ ਸਥਾਨ ਨੂੰ ਨਾਂ ਦਿੰਦੇ ਆਂ ਇੰਡੀਆ ਦੇ ਵਿੱਚ ਬੰਗਲੌਰ ਨੂੰ ਸਿਲੀਕਨ ਵੈਲੀ ਕਿਹਾ ਜਾਂਦਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦਾ ਇਹ ਬੇਅਰੀਏ ਦਾ ਜਿਹੜਾ ਇਲਾਕਾ ਹੈ ਇਹਨੂੰ ਸਿਲਿਕਨ ਵੈਲੀ ਕਿਹਾ ਜਾਂਦਾ ਹੁਣ ਕਿਹਾ ਜਾ ਰਿਹਾ ਕਿ ਜੇ ਐਸੀ ਤਰ੍ਹਾਂ ਹੀ ਕੰਪਨੀਆਂ ਜਾਂਦੀਆਂ ਰਹੀਆਂ ਤਾਂ ਅਗਲੀ ਸਿਲੀਕਨ ਵੈਲੀ ਟੈਕਸਸ ਦੇ ਵਿੱਚ ਹੋਊਗੀ ਉੱਥੇ ਰਹਿਣਾ ਕਿਤੇ ਬਹੁਤ ਸਸਤਾ ਆ 30% ਖਰਚੇ ਵੈਸੇ ਘਟ ਜਾਂਦੇ ਆ ਇਹਨਾਂ ਨੂੰ ਉੱਥੇ ਸਰਕਾਰ ਵੀ ਸਹੂਲਤ ਦਿੰਦੀ ਆ Amazon, Apple, Cisco ਇਸੇ ਤਰ੍ਹਾਂ Facebook, Google, IBM, Intel, PayPal ਸਿਲੀਕਨ ਲੈਦਰ Dell ਵਰਗੀਆਂ ਜਿਹੜੀਆਂ ਸਿਲੀਕਨ ਲੈਬਸ Dell ਵਰਗੀਆਂ ਜਿਹੜੀਆਂ ਕੰਪਨੀਆਂ ਪਹਿਲਾਂ ਹੀ ਉੱਥੇ ਜਾ ਚੁੱਕੀਆਂ ਇਹਨਾਂ ਕੰਪਨੀਆਂ ਦੇ ਜਿਹੜੇ ਮਾਲਕ ਆ ਅਮੀਰ ਬੰਦੇ ਆ ਇਹ ਵੀ ਆਸਟਨ ਹਿਊਸਟਨ ਮਿਆਮੀ ਉਥੇ ਟੈਕਸਸ ਦੇ ਵਿੱਚ ਜਾ ਕੇ ਵਸਿਆ ਦੁਨੀਆ ਦੇ ਦੂਜੇ ਸਭ ਤੋਂ ਵੱਡਾ ਅਮੀਰ ਆਦਮੀ ਜਿਹੜਾ ਐਲਨ ਮਸਕ ਆ ਉਹ ਪਹਿਲਾਂ ਹੀ ਆਸਟਨ ਦੇ ਵਿੱਚ ਪਹੁੰਚ ਚੁੱਕਿਆ ਮਿਆਮੀ ਪ੍ਰਵਾਸ ਲਈ ਇੱਕ ਬੜੀ ਵੱਡੀ ਮੰਜ਼ਲ ਆ ਉਥੋਂ ਉਥੇ ਲੋਕ ਪਹੁੰਚ ਰਹੇ ਆ ਸ਼ਟਰਸਟਾਕ ਦਾ ਜਿਹੜਾ ਸੰਸਥਾਪਕ ਜੋਨਾਥਨ ਓਰਿੰਗਰ ਉਹ ਵੀ ਉਥੇ ਪਹੁੰਚ ਚੁੱਕਿਆ ਡੇਵਿਡ ਬਲੂਮਾਰਗ ਵੀ ਮਿਆਮੀ ਦੇ ਵਿੱਚ ਸੈਟਲ ਹੋ ਚੁੱਕਿਆ ਸੋ ਇਹ ਇੱਕ ਨਵਾਂ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਐਲਨ ਮਾਸਕ ਟਵਿੱਟਰ ਦਾ ਸੀਈਓ ਜੈਕ ਡੋਰਸੀ ਗੂਗਲ ਦਾ ਸਾਬਕਾ ਸੀਈਓ ਐਰਿਕ ਸਮਿਟ ਇਦਾਂ ਦੀਆਂ ਮਸ਼ਹੂਰ ਹਸਤੀਆਂ ਜਿਹੜੀਆਂ ਇੱਥੇ ਕੈਲੀਫੋਰਨੀਆ ਦੇ ਵਿੱਚੋਂ ਆਮ ਲੋਕ ਵੀ ਕੈਲੀਫੋਰਨੀਆ 'ਚ ਕਈ ਮੂਵ ਹੋਏ ਆ ਆਬਾਦੀ ਨੌਕਰੀਆਂ ਜਿਹੜੀਆਂ ਇੱਥੇ ਦੋਵੇਂ ਹੌਲੀ-ਹੌਲੀ ਜਿਹੜੇ ਹੋ ਰਹੇ ਆ ਕਰੋਨਾ ਦੂਰ ਤੋਂ ਕੰਮ ਕਰਨ ਦੀ ਆਗਿਆ ਦੇ ਰਿਹਾ ਤੇ ਜਿਹੜੇ ਬਹੁਤ ਲੋਕ ਲੱਖ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ ਛੱਡ ਕੇ ਜਾ ਚੁੱਕੇ ਆ ਕੁਝ ਅੰਕੜੇ ਦੱਸਦੇ ਆ ਕਿ ਸਿਲੀਕਨ ਵੈਲੀ 'ਚ ਕੰਮ ਕਰਨ ਵਾਲਿਆਂ ਵਿੱਚ 35% ਕਮੀ ਆਈ ਹੈ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ 35% ਲੋਕ ਘਟ ਗਏ ਨੇ ਉੱਥੇ ਵੱਡੀਆਂ ਟੈਕਨੀਕਲ ਕੰਪਨੀਆਂ ਜਿਹੜੀਆਂ ਆਪਣੇ ਟੈਕਸ ਇਥੋਂ ਟੈਕਸ ਬਚਾਉਣ ਦੇ ਲਈ ਇਥੋਂ ਨਿਕਲ ਕੇ ਉਧਰਲੇ ਪਾਸੇ ਚਲੇ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਟ੍ਰੈਂਡ ਦੇਖਣ ਨੂੰ ਮਿਲ ਸਕਦਾ ਕਿ ਲੋਕ ਜਿਹੜੇ ਆ ਘਰੋਂ ਕੰਮ ਕਰ ਰਹੇ ਆ ਕੰਪਨੀਆਂ ਮੂਵ ਹੋ ਰਹੀਆਂ ਆ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਸਾਰੀ ਭੀੜ ਹੋ ਜਾਂਦੀ ਆ ਉੱਥੋਂ ਫਿਰ ਲੋਕ ਨਿਕਲਣਾ ਸ਼ੁਰੂ ਕਰਦੇ ਨਵੀਆਂ-ਨਵੀਆਂ ਥਾਵਾਂ ਵਸਦਿਆਂ ਸੋ ਅਮਰੀਕਾ ਦੇ ਵਿੱਚ ਇੱਕ ਇਹ ਵੱਡੀ ਚੇਂਜ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੀ ਆ ਕਿ ਕੰਪਨੀਆਂ ਕੈਲੀਫੋਰਨੀਆ ਤੋਂ ਨਿਕਲ ਕੇ ਟੈਕਸਸ ਵੱਲੋਂ ਜਾ ਰਹੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ